ਦਿਲ ਤੇ ਕਰਦਾ ਵਤਨ ਨੂੰ ਤੇ ਭਾਵੇਂ ਉਹ ਤੋਤੇ ਆਂਗਣ ਹਾਏ ਵਤਨ ਹਾਏ, ਹੁੰਦੀ ਤਾਂ ਦਰਖਤ ਦੀ ਖੁੱਟੇ ਹੈ ਨਾ, ਪਰ ਵਤਨ ਵਤਨ ਹੀ ਹੁੰਦਾ ਹੈ। ਅਸੀਂ ਇੱਥੇ ਆ ਕੇ ਤੇ ਜਲੀਲ ਹੀ ਹੁੰਦੇ ਭਾਵੇਂ ਕਿੱਡੇ ਵੀ ਅੰਬੀਰ ਹੋ ਜਾਈਏ, ਹੁਣ ਚੁਬਾਰੇ ਵੀ ਪਏ ਨੇ ਸਾਨੂੰ ਕੱਚੇ ਚੰਗੇ। ਇਹਨੇ ਇੱਥੇ ਬਾਹਮਣ ਸਨ, ਲਾਂਬੇ ਕਹਿੰਦੇ ਸਨ ਉਹਨਾਂ ਲਾਂਬੇ। ਅੱਛਾ, ਉਹਨਾਂ ਦਾ ਕੋਈ ਨਾਂ ਚੇਤਾ ਨਹੀਂ? ਸਿਰਫ ਇੱਕ ਗੁਰਬਖਸ਼ ਸਿੰਘ ਦੇ ਨਾਂ ਦਾ ਪਤਾ, ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਹੁੰਦਾ ਸੀ। ਉਹਦਾ ਚੁਬਾਰਾ 3 ਮੰਜ਼ਿਲਾ ਸੀ, ਉਹਦਾ ਚੁਬਾਰਾ 3 ਮੰਜ਼ਿਲਾ ਸੀ, ਹੁਣ ਵੀ ਹੈ ਮੌਜੂਦ ਹੈ ਉਹ, ਜਿਹੜੇ ਉਹਨਾਂ ਦਾ ਘਰ ਹਲੇ ਮੌਜੂਦ ਹੈ। ਕਿਹੜੀ ਸਾਈਡ ਤੇ ਪਿੰਡ ਤੋਂ? ਪਿੰਡ ਦੀ ਸਾਹਮਣੀ ਗਲੀ ਜਾਂਦਾ ਉਹੀ ਲਾਂਬਿਆਂ ਵਾਲੀ ਗਲੀ, ਅੱਜ ਚਲੇ ਜਾਂਦੀ ਉਹ ਅੱਜ ਜਾਂਦੀ। ਉਹ ਲਾਂਬਿਆਂ ਦਾ ਕਾਰੋਬਾਰ ਵਗੈਰਾ ਹੈਗਾ ਸੀ ਇੱਥੇ ਪਿੰਡ ਦੇ ਵਿੱਚ? ਉਹਨਾਂ ਦਾ ਕਾਰੋਬਾਰ ਉਹ ਤੇ ਬਹੁਤ ਦੱਸਦੇ ਨੇ, ਕਈਆਂ ਦੀਆਂ ਆੜਤਾਂ ਸਨ, ਕੋਈ ਬਾਹਰ ਅੰਦਰ ਕਰਦੇ ਸਨ, ਉਹ ਅੰਬੀਰ ਸਨ ਖੱਤਰੀ ਜਾ ਦੇ। ਅੱਛਾ, ਖੱਤਰੀ ਸਨ, ਉਹ ਖੱਤਰੀ ਸਨ ਲਾਂਬੇ ਉਂਝੀ ਉਹਨਾਂ ਦਾ ਆਲ ਸੀ ਕੋਈ ਬਈ। ਇਹ ਤੇ ਸਾਡੀ ਗੱਲ ਦੱਸਣ ਦੇ ਨੇ, ਗੁਰਮੁਖ ਸਿੱਖ ਹੁੰਦਾ ਸੀ ਉਹ, ਅਸੀਂ ਨਿੱਕੇ ਨਿੱਕੇ ਸਨ, ਉੱਪਰੋਂ ਥਈ ਜੀ ਇਲਾਜ ਸੀ ਸਾਡੀ ਪੇ ਦੀ, ਉਹ ਆਉਂਦਾ ਸੀ ਮੈਂ ਆਪਣੇ ਬੱਚੇ ਨਹੀਂ ਜਾਣ ਦੇਣੇ। ਅੱਛਾ, ਮੈਂ ਆਪ ਬਾਰਡਰ ਪਾਰ ਕਰਕੇ ਆਵਾਂਗਾ, ਮੈਂ ਆਪਣੇ ਭਾਵੇਂ ਗੱਡੇ 'ਤੇ ਲੈ ਜਾਂ। ਅੱਛਾ, ਹਾਂਜੀ। ਅਤੇ ਫਿਰ ਅਸੀਂ ਆਖਿਆ ਵੀ ਤੇਰੀ ਤਾਂ ਦੁਸ਼ਮਣੀ ਹੋਣੀ ਹੈ ਅਤੇ ਤੂੰ ਜਾਣੇ ਤੇ ਜਿਵੇਂ ਦੇ ਅਸੀਂ ਆਏ। ਉਹ ਆਖਦਾ ਭਾਈ ਤੇਰੀ ਸਿੱਖਾਂ 'ਚ ਬੁਰਾਈ ਹੋਣੀ ਵੀ ਤੂੰ ਮੁਸਲਮਾਨਾਂ ਨੂੰ ਲਈ ਫਿਰਦਾ, ਸਾਡੇ ਹੁਣ ਮਗਰ ਚੜੇ ਨੇ ਅਤੇ ਸਾਨੂੰ ਤਾਂ ਵੱਢਣ ਟੁੱਕਣ ਨੂੰ ਰਾਜੀ ਸਨ। ਕੱਚੇ ਸੀ ਕਿ ਪੱਕੇ ਸੀ? ਇੱਕ ਪੱਕਾ ਸੀ, ਬਾਕੀ ਕੱਚੇ ਸਨ। ਤੁਹਾਡਾ ਪਤਾ ਤੁਹਾਨੂੰ ਕਿ ਘਰ ਕਿਹੜੀ ਸਾਈਡ 'ਤੇ ਸੀ ਪਿੰਡ ਦੇ ਵਿੱਚ? ਸਾਡਾ ਘਰ ਜਿਹੜੀ ਸਾਡੀ ਮਸੀਤ ਸੀ ਉਹਦੇ ਨਾਲ ਹੀ ਗਲੀ ਪੈਂਦੀ ਸੀ ਅਤੇ ਉਹਦੇ ਵਿੱਚ ਹੀ ਸਾਡਾ ਘਰ। ਕਿੰਨੇ ਕਮਰੇ ਸੀ ਘਰ ਦੇ? ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।
पिंड उदो की लब है जी पुराने मकान थोड़े अच्छा सारी बमना वाली हिंदुआ वाली गली सी है सही हो गया लाभे वाली गली सी जी पिंड छत दे उत्तों बना रहे हैं वीडियो ਇਸ ਜਗ੍ਹਾ ਤੇ ਵੀ ਘਰ ਸੀ ਹਾਂਜੀ ਇਸ ਕਾਰਨ ਜਗ੍ਹਾ ਚੁਬਾਰਾ ਸੀ ਹੈ ਚੁਬਾਰਾ ਸੀ ਡਬਲ ਮੰਜ਼ਲਾ ਕਿੰਨੇ ਕਮਰੇ ਹੁੰਦੇ ਸੀ ਇੱਥੇ ਇੱਥੇ ਤਕਰੀਬਨ ਕਮਰੇ ਹੈ ਸਾਨੇ ਕੋਈ 15-16 ਸਹੀ ਹੋ ਗਿਆ 47 ਤੋਂ ਬਾਅਦ ਹੁਣ ਇਹਨੂੰ ਖਤਮ ਕੀਤਾ ਤੁਸੀਂ ਤੇ ਇੱਟ ਦੇ ਵਿੱਚੋਂ ਕਿੰਨੀ ਕੁ ਨਿਕਲ ਆਈ ਹੋਣੀ ਹੈ ਇੱਟ ਭਾਈ ਉਹ ਲੱਗੀ ਵੀ ਉਹ ਅੰਦਰਾਂ ਹੀ ਲੱਗੀ ਆ ਲੱਗੀ ਵੀ ਉਹ ਪਿੱਛੇ ਲੱਗੀ ਮੈਨੂੰ ਤਾਂ ਲੱਗਦਾ ਲੱਖ ਕੋਈ ਇੱਟ ਨਿਕਲ ਆਈ ਹੋਣੀ ਇੱਥੋਂ ਪਤਾ ਨਹੀਂ ਅੱਛਾ ਲੈਂਟਰ ਪਿਆ ਸੀ ਉੱਪਰ ਕਿ ਕੀ ਸੀ ਗਾਰਡਰ ਸਨ ਇਹ ਬਾਲੇ ਤੇ ਅੱਛਾ ਬਾਲੇ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਅੱਜ ਅਸੀਂ ਪਿੰਡ ਉਦੋ ਵਾਲੀ ਤਹਿਸੀਲ ਨੁਸ਼ਹਿਰਾ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਆਏ ਹਾਂ ਇੱਥੋਂ ਦੇ ਅਸੀਂ ਇੱਕ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲ ਇਸ ਪਿੰਡ ਦੀ ਅਤੇ ਉਹਨਾਂ ਦਾ ਜਿਹੜਾ ਪਿੰਡ ਸੀ ਇੰਡੀਆ ਦੇ ਵਿੱਚ ਉਹਦੀ ਮਾਲੂਮਾਤ ਲਵਾਂਗੇ ਅਤੇ ਆਓ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਅਸਲਾਮ ਅਲੈਕਮ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਮੇਰੇ ਨਾਂ ਤਾ ਮੁਹੰਮਦ ਹੈ ਤਾ ਮੁਹੰਮਦ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ ਮੇਰੇ ਪੇ ਦੇ ਨਾਂ ਫਜ਼ਲਦੀਨ ਠੇਕੇਦਾਰ ਤੇ ਦਾਦਾ ਜੀ ਦਾ ਨਾਮ ਕੀ ਹੈ ਦਾਦਾ ਅਲੀ ਪਰ ਉਹ ਮਦਰ ਅਲੀ ਬਖਸ਼ ਸੀ ਉਹਦੇ ਨਾਂ ਤੇ ਉਹਦੇ ਸਾਨੂੰ ਵੀ ਨਹੀਂ ਪਤਾ ਉਹਦਾ ਤੇ ਬਜ਼ੁਰਗੋ ਇਹ ਦੱਸੋ ਕਿ ਇੰਡੀਆ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ ਪਿੰਡ ਮੇਰਾ ਸਰਥਲੀ ਸੀ ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਨਾਲ ਬਜਰੂੜ ਵੀ ਲੱਗਦਾ ਸੀ ਹਾਂਜੀ ਉਦੋਂ ਅੱਗੇ ਨੰਗਲ ਵੀ ਲੱਗਦਾ ਸੀ ਅੱਛਾ ਉਦੋਂ ਇਹ ਸਾਈਡ ਤੇ ਬਿਆਣਾ ਤੇ ਸਰਾਂ ਐਕਣਾ ਦੇ ਪਿੰਡ ਲੱਗਦੇ ਨਾਲ ਤਖਤਗੜ੍ਹ ਸ਼ਹਿਰ ਵੀ ਲੱਗਦਾ ਸੀ ਸਹੀ 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 ਇਹ ਦੱਸੋ ਕਿ ਉਹਦੀ ਤਹਿਸੀਲ ਕਿਹੜੀ ਸੀ ਸਾਡੇ ਦੀ ਹਾਂਜੀ ਤਹਿਸੀਲ ਉਨਾ ਸੀ ਤੇ ਜ਼ਿਲ੍ਹਾ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਤੇ ਕਿਹੜੀ ਬਰਾਦਰੀ ਆਪਣੀ ਗੁੱਜਰ ਹੈ ਗੁੱਜਰ ਹੈ ਹਾਂਜੀ ਤੇ ਗੋਤ ਕਿਹੜੀ ਆਪਣੀ ਗੋਤ ਖਟਾਣੇ ਗੋ ਤੁਹਾਡੀ ਖਟਾਣੇ ਹਾਂਜੀ ਸਹੀ ਹੋ ਗਿਆ ਗੋ ਸਾਡਾ ਖਟਾਣੇ ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਹੋ ਉਦੋ ਵਾਲੀ ਉਦੋ ਵਾਲੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਬਦੋਗੀ ਵੀ ਲੱਗਦਾ ਹੈ ਹਾਂਜੀ ਤੇ ਭੀਮਾ ਦਾ ਠੱਠਾ ਵੀ ਲੱਗਦਾ ਹੈ ਬਖਸ਼ੀਸ਼ਪੁਰਾ ਵੀ ਲੱਗਦਾ ਹੈ ਹੰਬੋਗੀ ਵੀ ਲੱਗਦੀ ਹੈ ਸਹੀ ਹੋ ਗਿਆ ਤੇ ਮਾਕੇ ਵਾਲੀ ਬਿਲਕੁਲ ਨਜ਼ਦੀਕ ਹੈ ਸਹੀ ਹੋ ਗਿਆ ਅਸੀਂ ਤੁਹਾਡੇ ਕੋਲ ਤੁਹਾਡੇ ਪਿੰਡ ਦੇ ਬਾਰੇ ਵੀ ਪੁੱਛਾਂਗੇ ਇਹਦੇ ਇਹਦੇ ਵੀ ਤੁਸੀਂ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਆਪਣੇ ਬਜ਼ੁਰਗਾਂ ਕੋਲ ਇਹਦੇ ਬਾਰੇ ਵੀ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਦੱਸੋ ਸਭ ਨੂੰ ਪਹਿਲੇ ਤੁਹਾਡਾ ਜਿਹੜਾ ਪਿੰਡ ਸੀ ਇੰਡੀਆ 'ਚ ਉਹ ਕਿਵੇਂ ਦਾ ਪਿੰਡ ਸੀ ਅਤੇ ਦੂਸਰਾ ਤੁਸੀਂ ਤਾਂ ਉੱਥੇ ਰਹਿੰਦੇ ਰਹੇ ਹੋ ਅਤੇ ਉੱਥੇ ਕਿਹੜੀ ਕਿਹੜੀਆਂ ਬਰਾਦਰੀਆਂ ਬਾਤ ਸੀ ਸਾਡੀ ਬਰਾਦਰੀ 'ਚ ਮੋਨੇ ਬਾਹਮਣ ਵੀ ਆਏ ਸਨ ਗੁਜਰਾਂ ਦੇ ਵਿੱਚ ਗੁਜਰਾਂ ਦੇ ਵਿੱਚ ਅੱਛਾ ਅਤੇ ਗੁਜਰ ਉਂਝ ਜ਼ਿਆਦਾ ਸਨ ਮੁਸਲਮਾਨ ਮੁਸਲਮਾਨ ਅਤੇ ਬਾਹਮਣ ਘੱਟ ਸਨ ਰਾਜਪੂਤਾਂ ਦੇ ਵੀ ਚਾਰ ਘਰ ਹੈ ਸਨ ਚਾਰ ਪੰਜ ਘਰ ਸਿੱਖਾਂ ਦੇ ਤੇ ਅੱਛਾ ਅਤੇ ਮੋਹਨੇ ਜੱਟਾਂ ਦੇ ਜਿਹੜੇ ਹੁੱਕਾ ਪੀਂਦੇ ਸਨ ਅੱਛਾ ਜੱਟਾਂ ਦੇ ਵੀ ਘਰ ਹੈ ਸਨ ਜੱਟਾਂ ਦੇ ਘਰ ਕੋਈ 5-7 ਸਨ ਅਤੇ ਬਾਹਮਣਾਂ ਦੇ ਘਰ ਸਨ 5-6 ਤੁਹਾਨੂੰ ਉਹਨਾਂ ਬਾਹਮਣਾਂ ਦੇ ਨਾਂ ਚੇਤਾ ਨੇ ਨਾ ਮੈਨੂੰ ਇੱਕ ਦਾ ਹੀ ਪਤਾ ਪੂਰਨ ਹੁੰਦਾ ਸੀ ਬਾਹਮਣ ਪੂਰਨ ਮੇਲਾ ਹੀਰਾ ਹੀਰਾ ਜਿਹੜੇ ਉੱਥੇ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੇ ਵਿੱਚ ਉਹਦੇ ਵਿੱਚ ਲੰਬੜਦਾਰ ਮਾਮਦੀਨ ਲੰਬੜਦਾਰ ਸੀ ਮਾਮਦੀਨ ਮਾਮਦੀਨ ਹਾਂਜੀ ਤੇ ਉਹ ਸ਼ੇਖ ਦੇ ਕੋਟ ਬੈਠੇ ਨੇ ਉਹਦੇ ਮੁੰਡੇ ਅੱਛਾ ਨਹੀਂ ਇਹ ਗੁਜਰਾਂ ਦੇ ਸੀ ਕਿ ਰਾਜਪੂਤਾਂ ਦਾ ਸੀ ਨਹੀਂ ਹੈ ਲੰਬੜਦਾਰ ਹੋਈ ਸੀ ਨਹੀਂ ਗੁਜਰ ਸਨ ਕਿ ਰਾਜਪੂਤ ਗੁਜਰ ਅੱਛਾ ਪਿੰਡ ਦੀਆਂ ਲੰਬੜਦਾਰੀ ਇੱਕ ਹੀ ਸੀ ਇੱਕੋ ਹੀ ਸੀ ਮੇਰੇ ਖਿਆਲ ਸਹੀ ਹੋ ਗਿਆ ਤੇ ਪਿੰਡ ਦੇ ਵਿੱਚ ਸਕੂਲ ਵਗੈਰਾ ਹੈ ਸੀ ਸਾਡੇ ਪਿੰਡ ਸਕੂਲ ਕੋਈ ਨਹੀਂ ਸੀ ਸਕੂਲ
ਬਜਰੂੜ ਦੇ ਨਾਲ ਸੜਕ ਦੇ ਉੱਤੇ ਸੀ। ਅੱਛਾ, ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਆਪ ਸਾਡੇ ਵਡੇਰੇ ਜਾਂਦੇ ਹੋਣਗੇ, ਸਾਡੀ ਤੇ ਜਦੋਂ ਉਮਰ ਹੀ ਨਹੀਂ ਸੀ। ਤੁਹਾਡੀ 10-12 ਸਾਲ ਉਮਰ ਸੀ ਕਿ ਜ਼ਿਆਦਾ ਸੀ? ਸਾਡੀ ਕੋਈ 9 ਦਾ ਹਿਸਾਬ ਹੋਵੇ, 10 ਹੋਵੇ। ਅੱਛਾ, ਹਾਂ, ਅਸੀਂ ਸਕੂਲੇ ਜਾਣ ਚੁੱਕੇ ਨਹੀਂ ਸਾਂ। ਸਹੀ ਹੋ ਗਿਆ। ਬਜ਼ੁਰਗੋ, ਇਹ ਦੱਸੋ ਕਿ ਤੁਹਾਡੀ ਜ਼ਮੀਨ ਕਿੰਨੀ ਸੀ ਉੱਥੇ? ਜ਼ਮੀਨ ਮੇਰੀ ਹੈ 10-11 ਕਿੱਲੇ। ਅੱਛਾ, ਸਹੀ ਹੋ ਗਿਆ। ਅਤੇ ਹੋਰ ਮਸਜਿਦ ਪਿੰਡ ਦੇ ਵਿੱਚ ਹੈ ਸੀ ਜਾਂ ਗੁਰਦੁਆਰਾ? ਗੁਰਦੁਆਰਾ ਵੀ ਸਾਡੇ ਪਿੰਡ 'ਚ ਆਇਆ ਸੀ, ਸਾਡੇ ਪਿੰਡੋਂ ਬਾਹਰ ਨਿਕਲ ਕੇ ਸੀ। ਅਤੇ ਮਸਜਿਦਾਂ ਸਾਡੇ ਪਿੰਡ ਗੁਮਾ ਚਾੜੀਆਂ 2 ਸਨ। ਹਾਂ, ਕਿਹੜੀ ਕਿਹੜੀ ਸਾਈਡ 'ਤੇ ਸੀ ਮਸਜਿਦ? ਮਸਜਿਦ ਇੱਕ ਤਾਂ ਇੱਧਰ ਪਹਾੜ ਪਾਸੇ ਸੀ, ਇੱਕ ਦੱਖਣ ਪਾਸੇ ਪਿੰਡ, ਉਹ ਪਿੰਡ ਦੇ ਵਿੱਚ ਸੀ, ਸਾਡੀ ਥੋੜ੍ਹੀ ਬਾਹਰ ਨਿਕਲ ਕੇ ਸੀ। ਸਹੀ ਹੋ ਗਿਆ। ਸਾਡੀ ਮਸਜਿਦ ਬਾਹਰ ਸੀ। ਹਾਂਜੀ, ਮਸਜਿਦਾਂ ਕੱਚੀਆਂ ਸੀ ਕਿ ਪੱਕੀਆਂ ਸੀ? ਉਹ ਗੁੰਮਚ ਆ ਰਹੀਆਂ ਸਨ ਵੱਡੀਆਂ, ਜਿਵੇਂ ਬਾਬੇ ਸ਼ਾਮ ਨੰਬਰ ਦਾ ਗੁੰਮਚ। ਅੱਛਾ, ਮਸਜਿਦਾਂ ਵੱਡੀਆਂ ਸਨ। ਸਹੀ ਹੋ ਗਿਆ। ਤੁਹਾਡੇ ਜਿਹੜੇ ਘਰ ਬਾਹਰ ਸੀ ਉੱਥੇ ਪਿੰਡ ਦੇ ਵਿੱਚ, ਉਹ ਕੱਚੇ ਸੀ ਕਿ ਪੱਕੇ ਸੀ? ਇੱਕ ਪੱਕਾ ਸੀ, ਬਾਕੀ ਕੱਚੇ ਸਨ। ਤੁਹਾਡਾ ਪਤਾ, ਤੁਹਾਨੂੰ ਘਰ ਕਿਹੜੀ ਸਾਈਡ 'ਤੇ ਸੀ ਪਿੰਡ ਦੇ ਵਿੱਚ? ਸਾਡਾ ਘਰ ਜਿਹੜੀ ਸਾਡੀ ਮਸੀਤ ਸੀ, ਉਹਦੇ ਨਾਲ ਹੀ ਗਲੀ ਪੈਂਦੀ ਸੀ, ਅਤੇ ਉਹਦੇ ਵਿੱਚ ਹੀ ਸਾਡਾ ਘਰ। ਕਿੰਨੇ ਕਮਰੇ ਸੀ ਘਰ ਦੇ? ਘਰ ਦੇ ਕਮਰੇ 2 ਸਨ, ਇੱਕ ਬੈਠਕ ਦਾ, ਇੱਕ ਘਰ ਦਾ, ਹੋਰ ਜਿਹੜੇ ਚਲਾਨੀਆਂ ਚਲੂਨੀਆਂ ਸੀ ਅਤੇ ਕੀ ਕਹਿੰਦੇ ਹੁਣ ਉਹ ਰੋਟੀ ਰੋਟੀ। ਅੱਛਾ, ਮੱਝਾਂ ਡੰਗਰ ਤੁਸੀਂ ਡੇਰਿਆਂ 'ਤੇ ਰੱਖੇ ਹੁੰਦੇ ਸੀ ਕਿ ਹਵੇਲੀਆਂ ਬਣਾਈਆਂ ਸੀ? ਪਿੰਡ ਆਪਣੇ ਸਾਡੇ ਨਾਲ ਘਰ ਦੇ ਨਾਲ ਹਵੇਲੀਆਂ ਹੁੰਦੀਆਂ, ਸਾਡੇ ਚੋਰੀ ਕੋਈ ਨਹੀਂ ਸੀ, ਨਾ ਅਸੀਂ ਡੰਗਰਾਂ ਕੋਲ ਸੌਂਦੇ ਪੈਂਦੇ ਸਾਂ। ਸਹੀ ਹੋ ਗਿਆ। ਹਾਂ, ਚਾਹੇ ਘਰ 'ਚ ਬੰਨੇ ਹੋਣ, ਕਈਆਂ ਘਰ 'ਚ ਵਿਹਲੇ ਥਾਂ ਹੁੰਦੇ ਸਨ ਬਥੇਰੇ, ਕਈਆਂ ਘਰ 'ਚ ਬੰਨੇ ਹੁੰਦੇ, ਕਈਆਂ ਨਾਲ ਹਵੇਲੀਆਂ ਬਣਾਈਆਂ ਉੱਥੇ ਬੰਨਦੇ ਸਨ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਜਿਹੜੀ ਤੁਹਾਡੀ ਜ਼ਮੀਨ ਸੀ ਉੱਥੇ ਆਪਣੇ ਡੇਰਿਆਂ ਵਗੈਰਾ 'ਤੇ ਜਾਂਦੇ ਸੀ ਜਿੱਥੇ ਖੂਹ ਲੱਗੇ ਸਨ? ਨਹੀਂ, ਉੱਥੇ ਸਾਡਾ ਕੋਈ ਖੂਹ ਨਹੀਂ ਸੀ। ਅੱਛਾ, ਐਵੇਂ ਅਸੀਂ ਕਹੀਏ, ਸਾਡੀ ਜ਼ਮੀਨ ਕੁਝ ਇੱਥੇ ਸੀ, ਕੁਝ ਦਰਿਆ ਦੇ ਕੰਢੇ ਚੌਂਤੇ ਸੀ, ਚੌਂਤਾ ਪਿੰਡ ਹੈ, ਪਰ ਦਰਿਆ ਦੇ ਕੰਢੇ 'ਤੇ। ਅੱਛਾ, ਉੱਥੇ ਸੀ ਜ਼ਮੀਨ ਤੁਹਾਡੀ? ਹਾਂ, ਬਜਰੂੜ ਅਤੇ ਬਜਰੂੜ ਤੋਂ ਪਨਾ। ਅੱਛਾ ਬਜ਼ੁਰਗੋ, ਜਿਹੜੇ ਉੱਥੇ ਹਿੰਦੂ ਜਾਂ ਸਿੱਖ ਰਹਿੰਦੇ ਸੀ, ਅਤੇ ਉਹਨਾਂ ਮੁਸਲਮਾਨਾਂ ਨਾਲ ਕਿੱਦਾਂ ਦਾ ਸੀ ਉਹਨਾਂ ਦਾ? ਬਈ, ਇਹ ਤਾਂ ਸਾਡੀ ਗੱਲ ਦੱਸਣ ਦੇ ਨਹੀਂ, ਗੁਰਮੁਖ ਸਿੱਖ ਹੁੰਦਾ ਸੀ। ਹਾਂਜੀ, ਉਹ ਅਸੀਂ ਨਿੱਕੇ ਨਿੱਕੇ ਸਨ, ਉੱਪਰੋਂ ਉੱਥੇ ਜੀ ਇਲਾਜ ਸੀ ਸਾਡੀ ਪੇ ਦੀ, ਉਹ ਆਉਂਦਾ ਸੀ ਮੈਂ ਆਪਣੇ ਬੱਚੇ ਨਹੀਂ ਜਾਣ ਦੇਣੇ। ਅੱਛਾ, ਮੈਂ ਆਪ ਬਾਰਡਰ ਪਾਰ ਕਰਕੇ ਆਵਾਂਗਾ, ਮੈਂ ਆਪਣੇ ਭਾਵੇਂ ਗੱਡੇ 'ਤੇ ਲੈ ਜਾਂ। ਅੱਛਾ। ਹਾਂਜੀ, ਅਤੇ ਫਿਰ ਅਸੀਂ ਆਖਿਆ ਵੀ ਤੇਰੀ ਤਾਂ ਦੁਸ਼ਮਣੀ ਹੋਣੀ ਹੈ, ਅਤੇ ਤੂੰ ਜਾਣੇ ਦੇ ਜਿਵੇਂ ਦੇ ਅਸੀਂ ਆਏ। ਉਹ ਕਹਿੰਦਾ ਭਾਈ, ਤੇਰੀ ਸਿੱਖਾਂ 'ਚ ਬੁਰਾਈ ਹੋਣੀ ਵੀ ਤੂੰ ਮੁਸਲਮਾਨਾਂ ਲਈ ਫਿਰਨਾ, ਸਾਡੇ ਹੁਣ ਮਗਰ ਚੜੇ ਨੇ, ਅਤੇ ਸਾਨੂੰ ਤਾਂ ਵੱਢਣ ਟੁੱਕਣ ਨੂੰ ਰਾਜ਼ੀ ਸਨ। ਅੱਛਾ, ਜਦੋਂ ਤੁਸੀਂ ਪਿੰਡੋਂ ਨਿਕਲੇ ਹੋ 47 ਵੇਲੇ, ਉਹਦੇ ਬਾਰੇ ਥੋੜ੍ਹਾ ਜਿਹਾ ਰੋਸ਼ਨੀ ਡਾਲੋ ਨਾ। ਇੰਨਾ ਕੱਪੜਾ ਵੀ ਨਹੀਂ ਅਸੀਂ ਚੁੱਕਿਆ, ਜੰਦਾ ਲਾ ਕੇ ਵੀ ਚਲੋ, ਸਾਨੂੰ ਇਹ ਨਹੀਂ ਸੀ ਪਤਾ ਵੀ ਬੰਡਵਾਰਾ ਹੋ ਗਿਆ, ਬਈ ਰੌਲਾ ਗੋਲਾ ਪੈਣਾ, ਕੱਲ੍ਹ ਪਰਸੋਂ ਨੂੰ ਫਿਰ ਆ ਜਾਣਾ ਅਸੀਂ ਘਰ। ਅੱਛਾ, ਅਸੀਂ ਜੰਦੇ ਲਾ ਕੇ, ਡੰਗਰ ਵੀ ਛੱਡਿਆ ਨੇ, ਸਭ ਕੁਛ ਛੱਡਿਆ ਨੇ, ਸਾਨੂੰ ਸਲਾਮਾਂ ਦੇ ਘੋ ਹੋ ਗਈ। ਜਦੋਂ ਅਸੀਂ ਤੁਰ ਕੇ ਆਇਆ ਸੀ, ਨਿੱਕੇ ਨਿੱਕੇ ਸਨ, ਸਾਡੇ ਮਾਂ ਬਾਪ ਨੇ ਕਿੰਨੇ ਕੁ ਚੁੱਕਣੇ ਸਨ, ਅਸੀਂ 3-4 ਜੀ ਸਨ। ਪੂਰਾ ਪਿੰਡ ਜਿਹੜਾ ਸੀ ਉਹ ਇੱਕੋ ਵਾਰੀ ਨਿਕਲਿਆ ਕਿ ਲਹਿਦਾ ਲਹਿਦਾ ਨਿਕਲੇ? ਕੋਈ ਇੰਝ ਨੂੰ ਗਿਆ, ਪਾਰ ਟੱਪ ਗਿਆ, ਕੋਈ ਆਹ ਟੱਪ ਗਿਆ, ਐਵੇਂ ਖਿਲਰ ਕੇ ਨਿਕਲੇ ਨੇ, ਇਕੱਠੇ ਨਹੀਂ ਗਏ। ਅੱਛਾ, ਅਤੇ ਫਿਰ ਅਸੀਂ ਤਾਂ ਇੱਧਰ ਨੂੰ ਗਏ ਆਪਣੇ ਨਾਨਕੇ, ਸਾਡੇ ਨਾਨਕੇ ਪਹਾੜੇ ਸਰ। ਕਿਹੜਾ ਪਿੰਡ ਸੀ ਉਹ? ਕਿਵੇਂ ਬਾਦ ਸੀ? ਅੱਛਾ, ਉਹ ਕਾਗਜ਼ੀ ਨਹੀਂ ਸੀ, ਹੈ ਰਾਜਗਰੀ ਦਾ ਮੋਜਾ, ਰਾਜਗਰੀ ਸੀ ਐਕੜਾਂ ਦੇ, ਅਤੇ ਉਹ ਫਿਰ ਅਸੀਂ ਉੱਥੋਂ ਧੱਕੇ ਖਾਂਦੇ ਹੀ ਆਏ ਜੀ, ਸਾਡਾ ਕੋਈ ਹਾਲ ਨਹੀਂ, ਐਵੇਂ ਕਹੀਏ। ਸਿਰਫ ਤੁਹਾਡਾ ਟੱਬਰ ਆਪਣੇ ਨਾਨਕਿਆਂ ਦੇ ਗਿਆ ਕਿ ਹੋਰ ਵੀ ਲੋਕ ਉੱਧਰ ਨੂੰ ਗਏ ਸੀ? ਹੈਂਜੀ, ਹੋਰ ਵੀ ਲੋਕ ਤੁਹਾਡੇ ਨਾਨਕਿਆਂ ਦੇ ਪਿੰਡ ਨੂੰ ਗਏ ਸੀ? ਨਹੀਂ, ਹੋਰ ਲੋਕਾਂ ਦੇ ਜਿਹਨਾਂ ਦਾ ਕੋਈ ਬਲ ਫੇਰ ਸੀ ਉਹ ਹੀ ਗਏ ਨੇ ਨਾਲ ਕਿਸੇ ਦੇ, ਉਂਝ ਨਹੀਂ, ਜਿੱਥੇ ਜਿੱਥੇ ਕਿਸੇ ਦੀ ਰਿਸ਼ਤੇਦਾਰੀ ਆਇਆ ਸੀ ਉੱਥੇ ਉੱਥੇ ਜਾਂਦੇ ਰਹੇ, ਕਿਹਨਾਂ ਦੀ ਦਰਿਆਓ ਪਾਰ ਸੀ ਰਿਸ਼ਤੇਦਾਰੀ ਪਾਰ ਚਲੇ ਗਏ, ਜਿਹਨਾਂ ਦੀ ਵਾਰ ਸੀ ਉਹ ਆਰ ਚਲੇ ਗਏ। ਅੱਛਾ ਬਜ਼ੁਰਗੋ, ਫਿਰ ਤੁਸੀਂ ਉੱਥੇ ਜਾ ਕੇ ਬੈਠੇ ਆਪਣੇ ਨਾਨਕਿਆਂ ਦੇ ਪਿੰਡ, ਉੱਥੇ ਕਿੰਨੇ ਦਿਨ ਬੈਠੇ? ਉੱਥੇ ਦੂਜੇ ਦਿਨ ਉੱਥੋਂ ਦਫਾ ਹੋ ਗਿਆ। ਕਿੱਧਰ ਨੂੰ ਚਲੇ ਗਏ? ਫਿਰ ਇੱਧਰ ਟੌਂਸਾ ਬਲਾ ਪਿੰਡ ਹੁੰਦੇ ਸਨ, ਪਰਾਂ ਪਹਾੜ ਤੋਂ। ਅੱਛਾ, ਪਰਾਂ ਜਾ ਕੇ ਉੱਥੇ ਰਹੇ ਅਸੀਂ ਕੋਈ ਮਹੀਨਾ ਕੁ, ਉੱਥੋਂ ਫਿਰ ਬਲਾ ਚੌਰ ਆ ਗਏ,
ਬਲਾ ਚੌਰ ਤੋਂ ਫਿਰ ਅਸੀਂ ਆ ਗਏ ਗੜ ਸ਼ੰਕਰ। ਅੱਛਾ, ਗੜ ਸ਼ੰਕਰ ਤੋਂ ਫਿਰ ਅਸੀਂ ਆ ਗਏ ਫਲੌਰ। ਅੱਛਾ, ਗੱਡੀ 'ਤੇ ਆਏ ਸੀ ਕਿ ਪੈਦਲ ਹੀ? ਨਹੀਂ, ਫਲੌਰੋਂ ਗੱਡੀ 'ਤੇ ਆਏ, ਫਲੌਰ ਤੋੜੀ ਅਸੀਂ ਗੱਡੀ 'ਤੇ ਆਏ। ਨਹੀਂ ਸਾਨੂੰ ਪਤਾ ਫਲੌਰ ਕਿੱਥੇ ਗਏ। ਅੱਛਾ, ਹੁਣ ਯਾਦ ਨਹੀਂ ਹੈ ਤੁਹਾਨੂੰ? ਨਾ ਨਾ, ਸਾਨੂੰ ਪਤਾ ਹੀ ਨਹੀਂ ਜੀ, ਸਾਡੇ ਵਡੇਰਿਆਂ ਨੂੰ ਪਤਾ ਹੋਵੇਗਾ, ਸਾਨੂੰ ਨਹੀਂ ਪਤਾ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਰਸਤੇ ਦੇ ਵਿੱਚ ਕੁਛ ਵੇਖਿਆ, ਤੁਹਾਡੇ ਪਿੰਡ ਦੇ ਉੱਤੇ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ ਜਾਂ ਕਾਫਲੇ ਦੇ ਉੱਤੇ? ਸਾਡੇ ਪਿੰਡ 'ਤੇ ਕੋਈ ਹਮਲਾ ਨਹੀਂ ਹੋਇਆ। ਆਹ ਜਿਹੜਾ ਉੱਠ ਕੇ ਗਿਆ, ਇਹਨਾਂ ਦੇ ਪਿੰਡ ਬੜੀ ਵੱਡ ਵਡਾਈ। ਇਹਨਾਂ ਦਾ ਕਿਹੜਾ ਪਿੰਡ ਸੀ? ਇਹਨਾਂ ਦਾ ਪਿੰਡ ਖਟਾਣਾ ਸੀ। ਅੱਛਾ। ਹਾਂ, ਉੱਥੇ ਬੜੀ ਵੱਡ ਵਡਾਈ, ਉੱਥੇ ਮਾਜਰ ਸੀ, ਉਹਨਾਂ ਦੇ ਫਲਾਣੇ ਨੇ ਹਮਦਾਦ ਕਰਨੀ ਚਮਕੇ, ਬਟੇਰੇ ਸਨ, ਸਿੱਧੇ ਲੋਕ ਸਨ। ਅੱਛਾ। ਉੱਥੇ ਬਾਬਾ ਵੱਡੇ ਸਿੱਖਾਂ ਨੇ। ਕਿ ਤੁਸੀਂ ਜਦੋਂ ਬਾਰਡਰ ਕ੍ਰਾਸ ਕੀਤਾ ਗੱਡੀ ਦੇ ਵਿੱਚ, ਇੱਥੇ ਆ ਕੇ ਕਿੱਥੇ ਬੈਠੇ ਤੁਸੀਂ ਸਭ ਨਾਲੋਂ ਪਹਿਲੇ? ਪਹਿਲੇ ਅਸੀਂ ਆਏ ਲਾਹੌਰ, ਕੋਈ ਐਸੀ ਕੋਈ ਕੰਪ ਕੁੰਪ ਉੱਥੇ, ਉੱਥੇ ਧੱਕੇ ਖਾਧੇ, ਨਾ ਕੋਈ ਖਾਣ ਨੂੰ ਨਾ ਪੀਣ ਨੂੰ, ਕਦੀ ਕੁਝ ਲੱਭ ਜਾਣਾ, ਕਦੀ ਕੁਝ ਨਾ ਲੱਭਣਾ। ਉਹ ਬੜੇ ਧੱਕੇ ਵੇਖੇ ਨੇ, ਜਦੋਂ ਤੁਰੇ ਆਉਂਦੇ ਸਨ ਤੇ ਫਿਰ ਪੈਰਾਂ ਤੋਂ ਖੂਨ ਆ ਗਿਆ। ਫਿਰ ਕਿਸੇ ਆਖਣ ਲੱਗੇ ਵੀ ਇੱਥੇ ਸਾਡੇ ਪਿੰਡ ਇੱਕ ਆਇਆ ਉਹਦੇ ਨਾਂ ਕਰੀਮ ਬਖਸ਼ੀ। ਅੱਛਾ। ਵੀ ਕਰੀਮ ਬਖਸ਼ ਉੱਥੇ ਬੈਠਿਆ ਗੁਜਰਾੜੀ 'ਚ, ਉੱਥੇ ਚੱਲੀਏ। ਫਿਰ ਅਸੀਂ ਇੱਥੇ ਆ ਗਏ, ਇੱਥੇ ਹੀ ਫਿਰ ਕੱਚੀ ਪੱਕੀ ਸਾਨੂੰ ਜ਼ਮੀਨ ਪੈਂਦੀ ਰਹੀ, ਜਿਵੇਂ ਦੀ ਪੈਂਦੀ ਰਹੀ, ਫਿਰ ਪੱਕੀ ਹੋ ਗਈ, ਫਿਰ ਇਸਤੇਮਾਲ ਹੋ ਗਿਆ। ਬਾਬਾ ਸਿਆਪੇ ਹੀ ਹੈ ਸਾਡੀ ਜਾਨ। ਅੱਛਾ, ਜਿਹੜੇ ਬਜ਼ੁਰਗ ਤੁਹਾਡੇ ਪਿੰਡੋਂ, ਉੱਥੋਂ ਤੁਹਾਡਾ ਪਿੰਡ ਸੀ ਪੁਰਾਣਾ, ਉੱਥੋਂ ਦੇ ਜਿੰਨੇ ਵੀ ਸੀ ਲੋਕ, ਉਹ ਇਸ ਪਿੰਡ 'ਚ ਆ ਕੇ ਬਾਤ ਹੋਏ ਨੇ ਕਿ ਲਹਿਦਾ ਲਹਿਦਾ ਪਿੰਡਾਂ 'ਚ? ਨਹੀਂ ਨਹੀਂ, ਸਾਡੇ ਤਾਂ ਆਪਣੇ ਜਿਹੜੇ ਪਿੰਡ ਦੇ ਨੇ ਉਹ ਸਾਰੇ ਲਾਹੌਰ ਦੇ ਜ਼ਿਲ੍ਹੇ ਬੈਠੇ ਨੇ, ਇੱਥੇ ਸਿਰਫ ਚਾਰ ਘਰ ਆਏ ਸਨ। ਅੱਛਾ। ਹਾਂਜੀ, ਮੇਰਾ ਇੱਕ ਚਾਚਾ ਸੀ ਬਸ, ਇਹ ਮੇਰੇ ਦੋ ਤਾਏ ਸਨ, ਉਹ ਇੱਥੇ ਆਏ ਨੇ। ਜਦੋਂ ਤੁਸੀਂ ਉਦੋਂ ਵਾਲੀ ਆਏ, ਉਦੋਂ ਇਹ ਪਿੰਡ ਛੋਟਾ ਜਿਹਾ ਸੀ ਕਿ ਵਾਹਵਾ ਵੱਡਾ ਪਿੰਡ ਸੀ? ਨਹੀਂ, ਜਦ ਤਾਂ ਪਿੰਡ ਸੜਕ ਦੇ ਅੰਦਰ ਅੰਦਰ ਹੀ ਤਾਂ, ਅਤੇ ਆਹ ਵੀ ਅਸੀਂ ਵੀ ਬਾਹਰ ਹੀ ਪਾਇਆ ਪਿੰਡ ਤੋਂ। ਅੱਛਾ। ਅਤੇ ਉਹ ਇੱਕਣੇ ਸਾਹਮਣੇ ਸਾਡੇ ਸਲੀਮ ਦੀ ਕੋਠੀ ਹੈ ਨਾ ਸਾਹਮਣੇ, ਹਾਂਜੀ ਹਾਂਜੀ, ਉਹ ਗਲੀ ਜਾਂਦੀ, ਉਹਦੇ ਤੋਂ ਪਰਾਂ ਹੀ ਗਲੀ ਜਾਂਦੀ, ਉਹ ਵੀ ਬਾਹਰ ਹੈ, ਉਹ ਵੀ ਪਿੰਡੋਂ ਬਾਹਰ ਸਨ। ਬਾਹਰ ਸਨ, ਐਵੇਂ ਪਿੰਡ ਪੂਰਾ ਸੀ, ਗੋਲ ਸੀ, ਚਾਰ ਚੁਫੇਰੇ ਰਾਹ ਸੀ। ਘਰ ਕੱਚੇ ਸੀ ਸਿੱਖਾਂ ਦੇ ਜਾਂ ਪੱਕੇ ਸੀ? ਨਹੀਂ, ਘਰ ਉਹਨਾਂ ਦੇ ਲਾਂਬਿਆਂ ਦੀ ਗਲੀ ਸਾਰੀ ਪੱਕੀ ਸੀ। ਅੱਛਾ। ਹਾਂਜੀ। ਕਿਹੜੇ ਕਿਹੜੇ ਲੋਕ ਇੱਥੇ ਵਾਸ ਸੀ, ਕੋਈ ਸੁਣਿਆ ਹੋਣਾ ਤੁਸੀਂ ਇੱਥੇ ਦੇ ਜਿਹੜੇ ਬਛਿੰਦੇ ਸਨ ਉਹਨਾਂ ਦੇ ਕੋਲੋਂ, ਇਹਨਾਂ ਦੇ ਬਾਰੇ ਦੱਸਣਾ? ਇਹਨਾਂ ਦੇ ਬਾਰੇ ਜਿਹੜੇ ਦੱਸਦੇ ਸਨ, ਉਹ ਬਲੰਦਾ ਘੁਮਿਆਰ ਹੁੰਦਾ ਸੀ, ਅਤੇ ਇੱਕ ਮਰਾਦ ਹੁੰਦਾ ਸੀ, ਨਵਾਬ ਹੁੰਦਾ ਸੀ, ਉਹ ਬਲੰਦੇ ਦੇ ਸਨ। ਨਹੀਂ, ਉਹ ਕੀ ਦੱਸਦੇ ਸਨ ਕਿ ਇੱਥੇ ਕਿਹੜੇ ਲੋਕ ਬਾਦ ਸੀ? ਉਹ ਆਉਂਦੇ ਨੇ ਇੱਥੇ ਬਾਹਮਣ ਸਨ, ਲਾਂਬੇ ਕਹਿੰਦੇ ਸਨ ਉਹਨਾਂ, ਲਾਂਬੇ। ਅੱਛਾ। ਉਹਨਾਂ ਦਾ ਕੋਈ ਨਾਂ ਚੇਤਾ? ਨਹੀਂ, ਸਿਰਫ ਇੱਕ ਗੁਰਬਖਸ਼ ਸਿੰਘ ਦੇ ਨਾਂ ਦਾ ਪਤਾ। ਗੁਰਬਖਸ਼ ਸਿੰਘ? ਗੁਰਬਖਸ਼ ਸਿੰਘ ਹੁੰਦਾ ਸੀ, ਉਹਦਾ ਚੁਬਾਰਾ ਤਿੰਨ ਮੰਜ਼ਿਲਾ ਸੀ। ਉਹਦਾ ਚੁਬਾਰਾ ਤਿੰਨ ਮੰਜ਼ਿਲਾ ਸੀ? ਹੁਣ ਵੀ ਹੈ, ਮੌਜੂਦ ਹੈ ਉਹ, ਜਿਹੜੇ ਉਹਨਾਂ ਦਾ ਘਰ ਹਲੇ ਮੌਜੂਦ ਹੈ। ਕਿਹੜੀ ਸਾਈਡ 'ਤੇ ਪਿੰਡ ਤੋਂ? ਪਿੰਡ ਦੀ ਸਾਹਮਣੀ ਗਲੀ ਜਾਂਦਾ ਉਹੀ, ਲਾਂਬਿਆਂ ਵਾਲੀ ਗਲੀ ਅੰਜ ਚਲੇ ਜਾਂਦੀ, ਉਹ ਅੰਜ ਜਾਂਦੀ। ਉਹ ਲਾਂਬਿਆਂ ਦਾ ਕਾਰੋਬਾਰ ਵਗੈਰਾ ਹੈਗਾ ਸੀ ਇੱਥੇ ਪਿੰਡ ਦੇ ਵਿੱਚ? ਉਹਨਾਂ ਦਾ ਕਾਰੋਬਾਰ ਉਹ ਤਾਂ ਬਹੁਤ ਦੱਸਦੇ ਨੇ, ਕਈਆਂ ਦੀਆਂ ਆੜਤਾਂ ਸਨ, ਕੋਈ ਬਾਹਰ ਅੰਦਰ ਕਰਦੇ ਸਨ, ਉਹ ਅੰਬੀਰ ਸਨ ਖੱਤਰੀ ਜਾ ਦੇ। ਅੱਛਾ, ਖੱਤਰੀ ਸਨ? ਉਹ ਖੱਤਰੀ ਸਨ, ਲਾਂਬੇ ਉਂਝੀ ਉਹਨਾਂ ਦਾ ਆਲ ਸੀ ਕੋਈ। ਅਤੇ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਉਹਨਾਂ ਦੇ ਨਾਂ ਚੇਤਾ? ਨਹੀਂ, ਇੱਥੇ ਸਿੱਖਾਂ ਦਾ ਸਾਨੂੰ ਕੋਈ ਪਹਿਲਾਂ, ਸਿਰਫ ਇੱਥੇ ਬਸ ਇਹ ਸਿੱਖਾਂ ਦਾ ਨਾਂ ਸਾਨੂੰ ਕੋਈ ਨਹੀਂ। ਉਹ ਲੰਬੜ ਦਾ ਰਹਿ ਸੀ, ਉਹਦਾ ਨਾਂ ਵੀ ਹੁਣ ਭੁੱਲਦੇ ਜਾਂਦੇ। ਆਹ ਸਾਹਮਣੇ ਗਲੀ ਜਾਣੀ ਨਾ, ਹਾਂਜੀ, ਇਹਦੇ ਵਿੱਚ ਜਾਇਓ ਅਤੇ ਉੱਥੇ ਸ਼ਫੀ ਕਾਲ ਸੀ। ਅੱਛਾ। ਉਹਦਾ ਘਰ ਪੁੱਛ ਕੇ ਉਹਦੇ ਮੁੰਡੇ ਕੋਲ ਫੋਨ ਆਉਂਦਾ ਉੱਥੋਂ ਬਾਹਮਣਾ ਦਾ। ਅੱਛਾ। ਹਾਂਜੀ, ਉਹਦੇ ਦੋਹਾਂ ਮੁੰਡਿਆਂ ਕੋਲ ਆਉਂਦਾ। ਸਹੀ ਹੋ ਗਿਆ। ਉਹ ਉਹਨਾਂ ਨੂੰ ਪੁੱਛ ਕੇ ਦੱਸੋ, ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਆ ਜਾਓ, ਸਾਡੇ ਪਿੰਡ ਆ ਹੋਇਆ, ਸਾਡੇ ਪਿੰਡ ਆ ਹੋਇਆ। ਉਹ ਮੇਰੇ ਨਾਲ ਮਾਲੂਮਾਤ ਜਾਂਦੇ ਜਾਣ। ਉਹ ਕੀ ਨਾਂ ਤੁਸੀਂ ਦੱਸਿਆ ਬਜ਼ੁਰਗਾਂ ਦਾ? ਮੁਹੰਮਦ ਸ਼ਫੀ ਹੈ, ਕਾਲਸ ਕਾਲਸ। ਹਾਂ, ਉਹਦਾ ਘਰ ਪੁੱਛ ਲੈਣਾ ਜਿਹੜੀ ਸਾਹਮਣੇ ਗਲੀ ਜਾਂਦੀ। ਉਹ ਤੁਹਾਡੇ ਤੋਂ ਵੱਡੇ ਨੇ? ਪੰਮਾ ਮਿੱਤੋਂ ਛੋਟੇ ਹੋਣ, ਬਾਜੇ ਬਾਜੇ ਦਾ ਆਪਣੇ ਜ਼ਹਿਨ ਹੁੰਦਾ ਨਾ, ਆਪਣਾ ਜ਼ਹਿਨ ਹੁੰਦਾ ਬਾਜੇ ਦਾ। ਤੁਹਾਡਾ ਹੁਣ ਜੇ ਪਿੰਡ ਆਪਣਾ ਵੇਖਣ ਨੂੰ ਦਿਲ ਕਰਦਾ ਕਿ ਨਹੀਂ? ਦਿਲ ਤਾਂ ਕਰਦਾ, ਵਤਨ ਨੂੰ ਤਾਂ ਭਾਵੇਂ
ਉਹ ਤੋਤੇ ਆਂਗਣ ਹਾਏ ਵਤਨ ਹਾਏ ਹੁੰਦੀ ਤਾਂ ਦਰਖਤ ਦੀ ਖੁੱਟੇ ਨਾ, ਪਰ ਵਤਨ ਵਤਨ ਹੀ ਹੁੰਦਾ ਹੈ। ਅਸੀਂ ਇੱਥੇ ਆ ਕੇ ਤਾਂ ਜਲੀਲ ਹੀ ਹੁੰਦੇ, ਭਾਵੇਂ ਕਿੱਡੇ ਵੀ ਅਮੀਰ ਹੋ ਜਾਈਏ। ਹੁਣ ਚੁਬਾਰੇ ਵੀ ਪਏ ਨੇ ਭੈਣ ਨੂੰ, ਸਾਨੂੰ ਕੱਚੇ ਚੰਗੇ। ਵਤਨ ਨਹੀਂ ਭੁੱਲਿਆ, ਵਤਨ ਵਤਨੀ। ਉਹ ਤੋਤੇ ਨੂੰ ਨਾ ਦੁਨੀਆ ਤੁਸੀਂ ਪਿੰਜਰੇ 'ਚ ਰੱਖਿਆ ਹੁੰਦਾ, ਬਦਾਮ ਵੀ ਪਾਉਂਦੇ, ਸੇਬ ਵੀ ਕੱਟ ਕੇ ਪਾਉਂਦੇ, ਉਹ ਫਿਰ ਵੀ ਝੂਰਦਾ ਰਹਿੰਦਾ, ਹਾਏ ਵਤਨ ਹਾਏ ਵਤਨ। ਹੁਣ ਜੀ ਤਾਂ ਦਰਖਤ ਦੀ ਖੁੱਡੇ ਹੈ ਨਾ। ਸਹੀ ਗੱਲ ਹੈ, ਉਹ ਵਤਨ ਸਮਝ ਬਸ। ਫਿਰ ਤੁਹਾਡਾ ਵੀ ਉਹ ਵਤਨ ਹੀ ਸੀ, ਵਤਨ ਹੀ ਸਾਡਾ। ਠੀਕ ਹੋ ਗਿਆ ਬਜ਼ੁਰਗ, ਠੀਕ ਹੈ, ਬਹੁਤ ਸ਼ੁਕਰੀਆ।